ਹਾਂਜੀ ਬਾਬੇ ਹੋ ਆਪਾਂ ਵੀ ਛੱਡਤਾ ਮੌਂਟਰੀਅਲ ਚ ਸਮਾਨ ਸਮੂਨ ਲੱਤ ਲੁੱਤ ਕੇ ਸਾਰੀ ਗੱਡੀ ਖਿੱਚਤੀ ਗੱਡੀ ਹਲੇ ਅੱਜ ਆਪਾਂ ਰੁਕਾਂਗੇ ਸ਼ਾਇਦ ਥੰਦਰ ਬੇ ਜਿਵੇਂ ਕਿ ਤੁਹਾਨੂੰ ਪਤਾ ਹੈ ਹੈਪੀ ਸਿੰਘ ਮੂਵ ਹੋਣ ਜਾ ਰਹੇ ਆ ਯੈਲੋ ਨਾਈਫ ਅਤੇ ਪਹਿਲਾਂ ਥੰਡਰ ਬੇ ਰੁਕਣਾ ਫਿਰ ਵਿਨੀ ਪੈਕ ਬਾਕੀ ਦੇਖਦੇ ਹਾਂ ਚੀਤਾ ਸਿੱਧਾ ਵਿਨੀ ਪੈਕ ਹੀ ਰੋਕੀ ਉਹ ਤੁਹਾਡੀ ਮੂੰਹ ਖੱਡੇ ਹੀ ਖੱਡੇ ਉਹ ਖੁੱਲੀ ਗੱਡੀ ਕੋਈ ਪ੍ਰੋਬਲਮ ਨਹੀਂ ਦਊਗੀ ਆਸ ਕਰਦੇ ਹਾਂ ਸੋ ਟੈਂਕੀ ਫੁੱਲ ਕਰਾ ਲਈ ਹੈ 43 ਕਿਲੋਮੀਟਰ ਦੂਰ ਆ ਗਿਆ ਮੌਂਟਰੀਅਲ ਤੋਂ ਸੈਂਟ ਜਰੋਮ ਵਾਲੇ ਹਾਈਵੇ 'ਤੇ ਆ 15 ਅਤੇ ਬਾਕੀ ਤੁਹਾਨੂੰ ਡਿਟੇਲ ਦੱਸੀ ਜਾਵਾਂਗੇ ਰਾਹ 'ਚ ਕੀ ਆਉਂਦਾ ਕੀ ਨਹੀਂ ਅਤੇ ਇਹਦਾ ਨਵੀਂ ਸਿਟੀ PR ਵਾਸਤੇ ਮੂਵ ਤਾਂ ਹੋਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਬਾਕੀ ਸਹੀ ਆ ਸਮਾਨ ਸਮੂਨ ਲੱਭਿਆ ਹੋਇਆ ਸਾਰੀ ਗੱਡੀ ਭਰੀ ਪਈ ਆ ਪਿੱਛੇ 2 ਟੇਚੀਆਂ ਸਾਰਾ ਕੁਛ ਸੋ ਬਣੇ ਰਹੋ ਮਿਸਟਰ ਹੈਪੀ ਸਿੰਘ ਦੇ ਨਾਲ ਪਰਨਾ ਮੈਂ ਤਾਂ ਨਹੀਂ ਮੰਨਿਆ ਕਿਉਂਕਿ 5000 ਕਿਲੋਮੀਟਰ ਸਿੱਧਾ ਜਾਣਾ ਗੱਡੀ 'ਚ ਅਤੇ ਕਰਨਾ ਦੀ ਮਾਂ ਭੈਣ ਇੱਕੋ ਜਾਣੀ ਸੀ ਇਸ ਕਰਕੇ ਆਪਾਂ ਪਰਨਾ ਇਹ ਨਹੀਂ ਪੈ ਕੇ ਜਾ ਕੇ ਬੰਨਾਂਗੇ ਜਾਂ ਥੰਡਰ ਵੇ ਸੋ ਸੀ ਯੂ ਗਾਇਸ ਟਿਲ ਰੀਚਡ ਵਿਨੀ ਪੈਕ ਹਾਂਜੀ ਬਾਬੇ ਉਹ ਸ਼ਾਮ ਦੇ ਵੱਜ ਚੁੱਕੇ ਨੇ 7:30 ਅਤੇ ਕਿਲੋਮੀਟਰ ਕੱਢ ਲਏ ਆਪਾਂ 760 ਨਾ 960 ਅਤੇ 200 ਕਿਲੋਮੀਟਰ ਬਾਅਦ ਰੁਕਣਾ ਆਪਾਂ ਜਾ ਕੇ ਫਸਟ ਸ਼ਹਿਰ 'ਚ ਉਹ ਆਪਾਂ ਉੱਥੇ ਹੀ ਸੋਵਾਂਗੇ ਗੱਡੀ ਗੁੱਡੀ 'ਚ ਸੋ ਜਾਵਾਂਗੇ ਜਾਂ ਜੇ ਮੋਟਰ ਮੋਟਰ ਮਿਲ ਗਿਆ ਕੋਈ ਸਸਤਾ ਉੱਥੇ ਸੋ ਜਾਵਾਂਗੇ ਨਹੀਂ ਤਾਂ ਫਿਰ ਗੱਡੀ 'ਚ ਸੋ ਕੇ ਸਵੇਰੇ ਖਿੱਚ ਦੇਣੀ ਆ ਮਿੰਨੀ ਪੈਕ ਨੂੰ ਬਾਕੀ ਦਾ ਸਫ਼ਰ ਕੱਲ੍ਹ ਤੈਅ ਕਰਾਂਗੇ ਮਿੰਨੀ ਪੈਕ ਤੱਕ ਦਾ ਉਸ ਤੋਂ ਅੱਗੇ ਯੈਲੋ ਨਾਈਫ ਵਾਲੇ ਜਾਣਾ ਉਹ ਹਲੇ ਪਤਾ ਨਹੀਂ ਸਾਲਾ ਕਦੋਂ ਲੰਘਣਾ ਸੋ ਮਿਲਦੇ ਹਾਂ ਕੱਲ੍ਹ ਨੂੰ ਸਵੇਰੇ ਉੱਠ ਕੇ ਮੈਂ ਤਾਂ ਜਾ ਕੇ ਸੋ ਜਾਣਾ ਰੋਟੀ ਰੁਟੀ ਖਾ ਕੇ ਰੋਟੀ ਆਪਣੀ ਪਈ ਆ ਸੋ ਵੀ ਗੋਣਾ ਸੀ ਟੁਮੋਰੋ ਵਟਸ ਗੋਣਾ ਹੈਪਨ ਮੈਨ ਮਿੱਤਰੋ ਅਗਲਾ ਦਿਨ ਚੜ੍ਹ ਚੁੱਕਿਆ ਅਤੇ ਯਾਰ ਉਹਨਾਂ ਨੇ ਚਾਲੇ ਪਾ ਦੇਣੇ ਨੀਵੀਗਨ ਵੱਲ ਨੂੰ ਮਿੰਨੀ ਪੈਕ ਵੱਲ ਨੂੰ ਪਿੱਛੇ ਟਰੱਕ ਆਈ ਜਾਂਦਾ 90 ਵਾਲਾ ਜ਼ੋਨ ਆ 105 'ਤੇ ਛੱਡੀ ਹੋਈ ਆ ਕਰੂਜ਼ ਲਾ ਕੇ ਗੱਡੀ ਅਤੇ ਮਿੱਤਰੋ ਟਾਇਰ ਤਾਂ ਹੋ ਗਿਆ ਸੱਤਿਆਨਾਸ ਬਟ ਆਪਣੇ ਕੋਲ ਵਿੰਟਰ ਟਾਇਰ ਹੈਗੇ ਸੀ ਪਲੱਸ ਸਟੱਪਣੀ ਵੀ ਸੀ ਸੋ ਆਪਾਂ ਵਿੰਟਰ ਟਾਇਰ ਹੀ ਪਾ ਲਿਆ ਵਿਊ ਆਉਂਦੇ ਹਾਂ ਹੁਣ ਸਟਾਰਟ ਹੋ ਜਾਂਦੀ ਵਿਊ ਗਿਆ ਹੋ ਜਾਂਦਾ ਦੇਖ ਜਾ ਰਹੀ ਆ ਪਹਾੜੀ ਆ ਧੁੱਪ ਨਿਕਲੀ ਹੋਈ ਆ ਸੱਪ ਵਾਲੇ ਰਾਹ ਨੇ ਚੂਪਾ ਜੀ ਬੈਠੇ ਨੇ ਲੈ ਵੀ ਵਿਨੀ ਪੈਗ ਆ ਗਿਆ ਆਪਾਂ ਕੱਲ ਨੂੰ ਲਾਉਣਾ ਯੈਲੋ ਨਾਈਫ ਨੂੰ ਪਰ ਹਾਈਵੇ ਬੰਦ ਆ ਗੁਰੀ ਗੁਰੀ ਨੇ ਅੱਜ ਡਾਊਨ ਟਾਊਨ ਘੁੰਮਾਉਣਾ ਕੱਲ੍ਹ ਮੈਂ ਘੁੰਮ ਹੀ ਲਿਆ ਗੁਰੀ ਯਾਰ ਤੂੰ ਸਾਲਿਆ ਉਹ ਤਾਂ ਦੇਖ ਲਿਆ ਲੈ ਵੀ ਆਹ ਸਟਰੀਟ ਤਾਂ ਸਾਰਿਆਂ ਨੂੰ ਪਤਾ ਹੋਣਾ ਵਿਨੀ ਪੈਗ ਵਾਲਾ ਦਾਵਤ ਵਾਲਿਆਂ ਦੀ ਅੱਜ ਗੱਡੀ ਖਿੱਚਣੀ ਐਡਮਿੰਟਨ ਨੂੰ ਵੈਲੀ ਫੀਲਡ ਨੂੰ ਸੋ 2 ਮੀਲਾਂ ਚੱਕਣੀਆਂ ਕਿੱਧਰਾਂ ਦਾਵਤ ਆਹ ਚੱਕੋ ਜੀ ਦਾਵਤ ਵਾਲਿਆਂ ਤੋਂ 2 ਟਿਫਨ ਚੱਕ ਲਏ ਹੁਣ ਆਪਾਂ ਗੱਡੀ ਖਿੱਚ ਦੇਣੀ ਆ ਐਡਮਿੰਟਨ ਨੂੰ 1350 ਕਿਲੋਮੀਟਰ 2 ਇੱਕ ਸਟੋਪ ਲੈਣਾ 600 600 1200 ਬਾਕੀ ਖਿੱਚ ਦੇਣੀ ਆ ਹੋਪਫੁੱਲੀ ਗੱਡੀ ਚੱਲੀ ਜਾਏ ਵਧੀਆ ਤਾਂ ਹਾਂ
ਹਾਂਜੀ ਬਾਬਿਓ, ਅੱਜ ਹੈਗਾ ਆਪਣਾ ਲਾਸਟ ਦਿਨ ਆਫ ਟਰੈਵਲ। ਅੱਜ ਪਹੁੰਚਣਾ ਯੈਲੋ ਨਾਈਫ, ਰਹਿ ਗਿਆ 12-13 ਕਿਲੋਮੀਟਰ। ਕੱਲ੍ਹ ਦਾ ਬਾਲਾ ਔਖਾ ਹੈ ਭਰਾਵਾ, ਰਾਤ 200 ਕਿਲੋਮੀਟਰ ਬਾਹਲੀ ਔਖੀ ਗੱਡੀ ਚਲਾਈ, ਇੱਧਰ ਉੱਧਰ ਇੱਧਰ ਉੱਧਰ, ਡਬਲ ਹਾਈਟ ਸੀ ਤਾਂ ਹੀ ਆ ਗਏ। ਬਾਕੀ ਥੋੜ੍ਹੀ ਦੇਰ ਬਾਅਦ ਨੌਰਥ ਵੈਸਟ ਟੈਰੀਟਰੀ ਪ੍ਰੋਵਿੰਸ ਸਟਾਰਟ ਹੋ ਜਾਣੀ ਹੈ, ਟੈਰੀਟਰੀ ਨੌਰਥ ਪ੍ਰੋਵਿੰਸ। ਖੇਤ ਹੀ ਖੇਤ ਨੇ, ਜਦੋਂ ਬਈ ਪੀਪੂ ਆਰ ਹੋ ਗਏ ਬਾਅਦ 'ਚ ਫਿਰ ਆਪਾਂ ਦੇਖਿਆ ਕਰਨਾ, ਜਵਾਕਾਂ ਨੂੰ ਦਿਖਾ ਦਿਆ ਕਰਨਾ ਸਾਲ ਬੁੜਾ ਤੁਹਾਡਾ ਉੱਥੇ ਗਿਆ ਸੀਗਾ ਮੌਂਟਰੀਅਲ ਤੋਂ ਪੀ ਆਰ ਲੈਣ। ਬਾਕੀ ਜੈਰੀ ਕੈਨ ਭਰ ਲਿਆ, ਖੈਰੀ ਨਹੀਂ ਗਿਆ ਸੀ, ਅੱਗੇ ਪੰਪ ਘੱਟ ਹੀ ਆਉਣੇ ਆ, ਆਉਣਾ ਹੀ ਨਹੀਂ ਮੋਸਟਲੀ। ਸੋ ਬੀ ਪ੍ਰਪੇਅਰਡ ਫੋਰ ਦੈਟ ਸਿਚੁਏਸ਼ਨ। ਟਾਇਰ ਟੂਰ ਜਮ੍ਹਾਂ ਘੱਸ ਗਏ, ਲੋਅ ਪ੍ਰੋਫਾਈਲ ਟਾਇਰ ਸੀ, ਛੋਟੀ ਗਾਡੀ ਜਮ੍ਹਾਂ ਪਿੜ ਗਈ, ਇੱਕ ਟਾਇਰ ਰਾਹ 'ਚ ਪਾੜ ਗਿਆ ਸੀਗਾ। ਚੱਕੋ ਗਾਈਸ, ਇਹ ਟਾਇਰ ਵੀ ਚੇਂਜ ਕਰਨੇ ਆ, ਇਹਦੇ ਵੀ ਪਟਾਕਾ ਪੈਣ ਵਾਲਾ, ਪਹਿਲਾਂ ਹੀ ਚੇਂਜ ਕਰ ਦਈ ਹੋਰ ਰੋਡ 'ਤੇ, ਅੱਗੇ ਏਰੀਆ ਵੀ ਨਹੀਂ ਆਉਣਾ। ਸ਼ਾਂਤੀ ਦੇਖੋ ਕਿੰਨੀ ਆ, ਕੋਈ ਵੀ ਨਹੀਂ ਹੈਗਾ ਐਂਦੀ। ਇਹ ਆ ਯੈਲੋ ਨਾਈਫ, ਹੁਣ ਕਰੀਏ ਚੇਂਜ, ਇਹਦੀਆਂ ਤਾਰਾਂ ਨਿਕਲ ਗਈਆਂ ਭਰਾਵਾ। ਬਦਲਦਾ ਬਾਈ ਜੀ ਟਾਇਰ, ਫੱਕ, ਚਲੋ ਚੱਲੀਏ। ਚੱਕੋ ਜੀ, ਨੌਰਥ ਵੈਸਟ ਟੈਰੀਟਰੀ ਆ ਗਈ ਫਾਈਨਲੀ ਬਾਈ ਜੀ। ਉਹਨੇ ਲੱਗੀ ਸੀ ਵਾਈਲਡ ਫਾਇਰ, ਦੇਖੋ ਸਾਰੇ ਦਰਖਤ ਸੜੇ ਪਏ, ਬਾਜੀ ਆ ਉਹ ਸਾਹਮਣੇ ਵੀ ਸੜੇ। ਹਾਂਜੀ ਬਾਬੇ, ਆਹ ਸੀਗੀ ਵਾਈਲਡ ਫਾਇਰ ਵਾਲੀ ਜਗ੍ਹਾ, ਐਂਟਰਪ੍ਰਾਈਜ਼ ਸ਼ਹਿਰ, ਯੈਲੋ ਨਾਈਫ ਤੋਂ ਪਹਿਲਾਂ ਹੁੰਦਾ ਜਿਹੜਾ, ਸਾਰੇ ਫੁਕਿਆ ਪਿਆ ਭਰਾਵਾ। ਜਾਨਵਰ ਜੂਨਵਰ ਯਾਰ ਵਿਚਾਰੇ ਮਰ ਮੁਰ ਗਏ ਉਹਨੇ ਵਿੱਚ ਹੀ, ਸਾਲੇ ਰਿੰਗ ਚੱਕ ਲਈ ਆਪਣੇ ਜੋਗੇ ਮੇਰੇ ਜੋਗੇ, ਬੰਦਾ ਕਹਿੰਦਾ ਘੱਟ ਹੀ ਨੇ। ਮੈਂ ਕਿਹਾ ਸਾਰੀ ਪੈਕ ਕਰਦੇ, ਆਹ ਪੈਕ ਕਰਤੇ ਅੱਡਾ ਡੱਬਾ, ਕਹਿੰਦਾ ਲੋੜ ਹੀ ਨਹੀਂ ਪੇ ਕਰਨ ਦੀ, ਘੱਟ। ਮੈਂ ਕਿਹਾ ਕਮਾਲ ਕਰਤੀ ਬਾਈ, ਮੈਂ ਕਿਹਾ ਓਕੇ। ਹਾਂਜੀ ਬਾਬੇ, ਉਹ ਕੀ ਹਾਲ ਚਾਲ, ਪਹੁੰਚ ਗਏ ਸੀ ਯੈਲੋ ਨਾਈਫ। ਮੈਨੂੰ ਯਾਦ ਨਹੀਂ ਰਿਹਾ ਮੈਂ ਬਲੋਗ ਵੀਡੀਓ ਬਣਾ ਰਿਹਾ ਸੀ, ਮੇਰੇ ਮਾਮੇ ਬਹੁ ਹੁੰਦੇ ਆ RCMP ਹੋਈ ਆ, ਔਰ ਸਿੱਧੀ ਮਤਲਬ ਪੁਆਇੰਟ ਦੁੱਗਣੇ ਕੱਟ ਰਹੀ ਆ ਅਤੇ ਦੁੱਗਣੀ ਟਿਕਟ ਦਿੰਦੀ ਆ। ਸੋ ਵਧੀਆ ਪਹੁੰਚ ਗਏ, ਗੱਡੀ ਵਧੀਆ 1000 ਵਾਲੀ ਗੱਡੀ ਨੇ ਵਧੀਆ ਪਹੁੰਚਾਤਾ। ਸੋ ਬਸ ਹੁਣ ਐਂਡ ਕਰਨਾ ਸੀਗਾ, ਮੈਂ ਸੋਚਿਆ ਵੀ ਚੱਲ ਅੱਜ ਐਂਡ ਕਰ ਦਈਏ ਵਲੋਗ। ਮੌਸਮ ਬੜਾ ਘੈਂਟ, ਅੱਜ ਸਨੋਹ, ਇੱਕ ਵਾਰ ਸਨੋਹ ਪੈ ਗਈ ਪਰ ਅੱਜ ਮੌਸਮ ਘੈਂਟ ਆ, 12 ਡਿਗਰੀ, ਤਾਂ ਹੀ ਮੈਂ ਅੱਧੀਆਂ ਬਾਹਾਂ ਵਾਲੀ ਜੈਕਟ ਪਾ ਕੇ ਫਿਰੀ ਜਾਂਦਾ, ਨਹੀਂ ਤਾਂ 2 ਦਿਨ ਤਾਂ ਧੁੱਪੀ ਕੱਢ ਰੱਖੀ ਸੀ। ਲਾ ਲਓ ਕਿੰਨੇ ਦਿਨ, 2 ਹਫ਼ਤੇ, 1.5 ਹਫ਼ਤਾ ਹੋ ਗਿਆ ਮੈਨੂੰ ਆਏ ਨੂੰ। ਸੋ ਅੱਜ ਹੀ ਆ ਘੈਂਟ ਮੌਸਮ, ਬਾਕੀ ਖੈਰੇ ਕੋਲ ਆ ਗਏ, ਬੈੱਡ ਬੁੱਡ ਲੈ ਕੇ ਆਉਣਾ ਹਾਲੇ, ਉਹ ਦੇਖਦੇ ਹਾਂ ਕਿੱਥੇ ਮਿਲਦੇ। ਅਤੇ ਬਾਕੀ ਆਹ ਵੀਡੀਓ ਓਰੀਐਂਡ ਕਰ ਦਿੰਦੇ ਹਾਂ, ਹੋਰ ਦੇਖਦੇ ਹਾਂ ਜੇ ਕੋਈ ਬਣਾਵਾਂਗੇ, ਠੀਕ ਆ ਨਹੀਂ, ਇਹ ਤਾਂ ਬਸ ਇੱਕ ਮੈਮਰੀ ਰੱਖੀ ਆ ਵੀ ਹਾਂ ਮੂਵ ਹੋਏ ਸੀ। ਦੈਨ ਆਈ ਵਿਲ ਸੀ ਯੂ ਇਨ ਨੈਕਸਟ ਵੀਡੀਓ, ਅਦੋਂ ਤੱਕ ਸਤਿ ਸ਼੍ਰੀ ਅਕਾਲ, ਕਾਪੀ ਟੂ ਆਲ।